ਲੋਈ ਦੋਸਤੋ 1,90,000 ਰੁਪਏ ਦੇ ਵਿੱਚ 2010 ਮਾਡਲ ਲੋਨ ਇੱਥੇ ਵੀ ਹੋ ਜਾਊਗਾ ਕਿਹਾ ਕੁਝ ਮੌਕੇ ਤੇ ਨਿਕਲਿਆ ਕੁਝ ਇਸ ਤਰ੍ਹਾਂ ਨਹੀਂ ਹੋਏਗਾ ਜੋ ਕੰਡੀਸ਼ਨ ਆਪਾਂ ਦੱਸੀ ਹੈ ਉਹੀ ਮੌਕੇ ਤੇ ਨਿਕਲੇਗੀ ਠੀਕ ਹੈ ਜੇ ਕੋਈ ਕੰਡੀਸ਼ਨ 'ਚ ਫਰਕ ਨਿਕਲਦਾ ਜੋ ਆਪਾਂ ਦੱਸੀ ਹੈ ਤਾਂ ਆਪਾਂ ਆਣ ਜਾਣ ਦਾ ਖਰਚਾ ਦਿਵਾਂਗਾ ਠੀਕ ਹੈ ਤੇ ਉਸ 2,75,000 ਚ 11 ਮਾਡਲ ਠੀਕ ਹੈ ਜੀ ਟੌਪ ਵਾਲਾ ਵੇਰੀਐਂਟ ਜੀ ਵੇਰੀਐਂਟ ਕਿਸੇ ਵੀ ਕਾਰ ਦੀ ਜ਼ਿੰਮੇਵਾਰੀ ਆਪਾਂ ਲਿਖ ਕੇ ਵੀ ਦੇ ਸਕਦੇ ਹਾਂ ਐਕਸੀਡੈਂਟਲ ਦੀ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਲਿਖ ਕੇ ਦੇਣਾ ਠੀਕ ਹੈ ਕਿਸੇ ਵੀ ਕਾਰ ਦਾ ਕਿਸੇ ਵੀ ਸਟੇਟ ਦਾ ਬੰਦਾ ਕਿਸੇ ਵੀ ਸਟੇਟ ਦਾ ਹਰ ਤੇ ਲੋਨ ਹੋ ਜਾਏਗਾ ਹਰ ਇੱਕ ਸਟੇਟ ਦੇ ਕਿਸੇ ਵੀ ਸਟੇਟ ਦਾ ਲੋਨ ਹੋ ਜਾਏਗਾ ਆਲ ਓਵਰ ਇੰਡੀਆ ਆਲ ਓਵਰ ਨੌ ਮਾਡਲ ਤੋਂ ਉੱਪਰ ਸਾਰਿਆਂ ਤੇ ਲੋਨ ਹੋ ਜਾਏਗਾ ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਅੱਜ ਦੀ ਵੀਡੀਓ ਫੇਰ ਬਹੁਤ ਘੈਂਟ ਰਹਿਣ ਵਾਲੀ ਹੈਗੀ ਅੱਜ ਆਪਾਂ ਖੜੇਗੇ ਰਾਜਪੁਰੇ ਸ਼ਹਿਰ ਦੇ ਵਿੱਚ A1 ਕਾਰਸ ਦੇ ਉੱਪਰ ਤੇ ਬਾਈ ਹੋਰੀ ਦੀ ਫੇਰ ਫੋਨ ਕਰਿਆ ਕਹਿੰਦਾ ਬਾਈ ਜੀ ਸਟਾਕ ਰੀਨਿਊ ਹੋ ਗਿਆ ਤੇ ਇੱਕ ਨਵੀਂ ਵੀਡੀਓ ਆਪਣੇ ਮਿੱਤਰਾਂ ਵਾਸਤੇ ਦਿੱਤੀ ਜਾਵੇ ਕਿਉਂਕਿ ਵੀ ਪਿਛਲੇ ਵੀਡੀਓ ਦਾ ਜਿਹੜਾ ਰਿਸਪੌਂਸ ਸੀਗਾ ਬਾਕੀ ਉਹ ਵੀਡੀਓ ਬਾਰੇ ਵੀਰੇ ਹੋਰ ਨਾਲ ਗੱਲਬਾਤ ਕਰਦੇ ਕਿਵੇਂ ਰਿਸਪੌਂਸ ਰਿਹਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਚੇਤਾ ਕਿਵੇਂ ਸਭ ਠੀਕ ਠਾਕ ਵਧੀਆ ਜੀ ਸੁਣਾਓ ਜੀ ਆਪਣੇ ਦੋਸਤਾਂ ਦੱਸੋ ਜਿਹੜੀ ਪਿਛਲੀ ਵੀਡੀਓ ਆਪਣੀ ਹੋਈ ਸੀ ਕਿੱਦਾਂ ਰਿਸਪੌਂਸ ਸੀ ਠੀਕ ਰਿਹਾ ਬਿਲਕੁਲ ਹਾਂਜੀ ਹਾਂ ਬਹੁਤ ਵਧੀਆ ਰਿਸਪੌਂਸ ਆਇਆ ਵਧੀਆ ਰਿਹਾ ਬਹੁਤ ਵਧੀਆ ਰਿਸਪੌਂਸ ਆਇਆ ਜੀ ਆਇਆ ਪਿਆਰ ਪੂਰਾ ਦੂਰੋਂ ਦੂਰੋਂ ਮਿੱਤਰ ਆਏ ਬਹੁਤ ਬਹੁਤ ਦੂਰ ਤੋਂ ਬਹੁਤ ਬਹੁਤ ਦੂਰ ਤੋਂ ਮੋਰੇ ਪੰਜਾਬ ਤੋਂ ਬਾਹਰ ਹਿਮਾਚਲ ਤੁਸੀਂ ਦੇਖ ਲਓ ਰਾਜਸਥਾਨ ਤੱਕ ਠੀਕ ਹੈ ਜੀ ਬੜੀ ਦੂਰ ਤੱਕ ਮੇਰੇ ਰਿਸਪੌਂਸ ਸੀ ਆਪਣਾ ਖਾਸੀ ਦੂਰ ਤੱਕ ਕਾਰਾਂ ਆਪਾਂ ਦਿੱਤੀਆਂ ਵੀ ਨੇ ਲੋਨ ਵੀ ਕਰਾਇਆ ਮਤਲਬ ਤਕਰੀਬਨ ਬਹੁਤ ਵਧੀਆ ਰਿਹਾ ਠੀਕ ਹੈ ਜੀ ਸਾਰੇ ਕਸਟਮਰ ਸੈਟੀਸਫਾਈ ਨੇ ਕੋਈ ਦਿੱਕਤ ਕਿਸ ਤਰ੍ਹਾਂ ਦੀ ਆਈ ਨਹੀਂ ਓਕੇ ਜੀ ਬਹੁਤ ਵਧੀਆ ਤੇ ਬਾਕੀ ਵੀਰੇ ਹੁਣ ਗੱਲ ਕਰਦੇ ਪਹਿਲਾਂ ਐਡਰੈਸ ਦੱਸ ਦਿਓ ਆਪਣੇ ਮਿੱਤਰਾਂ ਇਹ ਲਿਬਰਟੀ ਚੌਂਕ ਹੈ ਜੀ A1 ਕਾਰ ਰਾਜਪੁਰਾ ਠੀਕ ਹੈ ਵੀਰੇ ਨੀਅਰ ਲਿਬਰਟੀ ਚੌਂਕ ਹੈ ਜੀ ਆਪੋਜ਼ਿਟ ਅਮਰਦੇਵ ਕਲੋਨੀ ਓਕੇ ਜੀ ਬਾਕੀ ਨੰਬਰ ਨੀਚੇ ਚੱਲ ਰਹੇ ਹੋਣਗੇ ਤੇ ਲੋਨ ਦੀ ਫੈਸਿਲਿਟੀ ਕੀ ਹੈ ਉਹ ਵੀ ਦੱਸ ਦਿਓ ਇੱਕ ਵਾਰ ਲੋਨ ਭਾਜੀ 50,000 ਪਹਿਲੇ ਵਾਂਗੂ ਜਿਵੇਂ 50,000 ਦੇ ਕੇ ਲੋਨ ਹੋ ਜਾਏਗਾ ਹਾਂਜੀ ਜਿੱਦਾਂ ਕਿਸੇ ਦਾ ਕੋਈ ਸਿਬਲ ਥੋੜਾ ਬਹੁਤਾ ਘੱਟ ਹੈ ਤਾਂ 60 ਤੋਂ 70,000 ਰੁਪਏ ਦੇ ਕੇ ਕਿਸੇ ਵੀ ਕਾਰ ਤੇ ਲੋਨ ਹੋ ਜਾਏਗਾ ਓਕੇ ਜੀ ਬੈਂਕ ਤੇ ਪ੍ਰਾਈਵੇਟ ਲੋਨ ਦੋਨੋਂ ਹੋ ਜਾਣਗੇ ਜੀ ਠੀਕ ਹੈ ਹਾਂਜੀ ਲੋ ਜੀ 50,000 ਰੁਪਏ ਦੇ ਕੇ ਤੁਸੀਂ ਕਾਰ ਦੇ ਉੱਪਰ ਲੋਨ ਕਰਵਾ ਸਕਦੇ ਠੀਕ ਹੈ ਜੀ ਕੋਈ ਜਿਵੇਂ ਵੱਡੀ ਕਾਰ ਉਹ ਤੇ ਥੋੜਾ ਮੋਟਾ ਵੱਧ ਜਾਂਦਾ ਹੁੰਦਾ ਥੋੜਾ ਤਾਂ ਵੱਧ ਜੇ ਮੰਨ ਲਓ ਜੇ 2-2.5 ਲੱਖ ਰੁਪਏ ਦੀ ਕਾਰ ਹੈ ਤੁਸੀਂ ਉਹ ਤੇ 50,000 ਦੇ ਕੇ ਲੋਨ 50,000 ਰੁਪਏ ਦੇ ਕੇ ਲੋਨ ਹੋ ਜਾਏਗਾ ਜੀ ਹਾਂਜੀ ਹੁਣ ਆਪਾਂ ਪਹਿਲੀ ਕਾਰ ਦੀ ਗੱਲਬਾਤ ਕਰੀਏ ਵੀਰੇ ਹਾਂਜੀ ਹਾਂ ਕੀ ਰੇਟੇਲ ਹੈ ਇਹ ਇੱਕ ਜ਼ੈਲੋ ਹੈ ਜੀ ਮਹਿੰਦਰਾ ਠੀਕ ਹੈ ਜੀ 2010 ਮਾਡਲ ਹੈ 10 ਮਾਡਲ ਤਕਰੀਬਨ ਸਾਰੀ ਕਾਰ ਜੈਨੂਇਨ ਹੈ ਓਕੇ 90,000 ਕਿਲੋਮੀਟਰ ਜੈਨੂਇਨ ਚੱਲੀ ਹੋਈ ਹੈ ਠੀਕ ਹੈ ਵੀਰੇ ਟਾਇਰ ਬ੍ਰਾਂਡ ਨੇ ਉਹਨਾਂ ਹਜੇ ਕੱਲ ਪਰਸੋਂ ਹੀ ਪਵਾਏ ਨੇ ਜੀ ਅੱਛਾ ਲੋ ਜੀ ਨਵੇਂ ਟਾਇਰ ਨੇ ਬਿਲਕੁਲ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਕੰਡੀਸ਼ਨ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਤੁਹਾਨੂੰ ਦਿਖਾਉਂਦੇ ਆਪਾਂ ਸੀਟ ਕਵਰ ਨਵੇਂ ਆ ਜੀ ਲੋ ਜੀ ਦੋਸਤੋ ਇਹ ਮਤਲਬ ਵੀ ਆਪਾਂ ਗੱਲ ਕਰੀਏ ਇਨੋਵਾ ਦਾ ਦੂਜਾ ਰੂਪ ਹੈ ਜੀ ਹਾਂ ਠੀਕ ਹੈ ਜੀ ਇੱਕ ਤਾਂ ਬਜਟ ਘੱਟ ਹੈ ਹਾਂਜੀ ਹਾਂ ਬਜਟ ਘੱਟ ਦੇ ਚ ਬਣਦੀ ਹੈ ਲੋਨ ਇਹ ਤੇ ਵੀ ਹੋ ਜਾਏਗਾ ਠੀਕ ਹੈ ਜੀ 50 ਤੋਂ 60,000 ਰੁਪਏ ਭਰ ਕੇ ਲੋਨ ਇਸ ਤੇ ਵੀ ਹੋ ਜਾਏਗਾ ਚਾਹੇ ਪ੍ਰਾਈਵੇਟ ਚਾਹੇ ਬੈਂਕ ਦਾ ਜੀ ਠੀਕ ਹੈ ਜੀ ਦੋਨੋਂ ਲੋਨ ਹੋ ਜਾਣਗੇ ਲੋ ਜੀ ਦੋਸਤੋ ਬਹੁਤ ਵਧੀਆ ਕਾਰ ਹੈ ਦੇਖ ਰਹੇ ਤੁਹਾਡੇ ਸਾਹਮਣੇ ਠੀਕ ਹੈ ਸਾਫ ਸੁਥਰੀ ਕਾਰ ਹੈਗੀ ਤੇ 50-60,000 ਭਰ ਕੇ ਲੋਨ ਇਹਦੇ ਤੇ ਹੋ ਜਾਊਗਾ ਨਵੇਂ ਟਾਇਰ ਵਗੈਰਾ ਨੇ ਟਾਇਰ ਹਜੇ ਕੱਲ ਪਵਾਏ ਨੇ 25-30 ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਬਾਕੀ ਲੋਕਲ ਨੰਬਰ ਦੀ ਫਸਟ ਓਨਰ ਦੀ ਕਾਰ ਹੈ ਅੱਛਾ ਜੀ ਹਾਂਜੀ ਫਸਟ ਓਨਰ ਦੀ ਕਾਰ ਹੈ ਲੋਕਲ ਕਾਰ ਹੈ ਵਧੀਆ ਕਾਰ ਹੈ ਕੀ ਰੇਟ ਰਹੂਗਾ ਵੀਰੇ ਇਹ ਭਾਈ ਤਕਰੀਬਨ ਆਪਾਂ 1,90,000 ਰੁਪਏ ਕਰ ਦੇਣਾ 1,90,000 10 ਮਾਡਲ ਪੰਜਾਬ ਨੰਬਰ ਦੀ ਕਾਰ ਲਓ ਜੀ 1,90,000 ਚ ਮਿਲ ਰਹੀ ਹੈ ਠੀਕ ਹੈ ਜੀ ਡੀਜ਼ਲ ਦਾ ਵੇਰੀਐਂਟ ਡੀਜ਼ਲ ਵਰਜ਼ਨ ਹੈ ਜੀ ਡੀਜ਼ਲ ਵਰਜ਼ਨ ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਟੌਪ ਵਾਲਾ ਮਾਡਲ ਠੀਕ ਹੈ ਬ੍ਰਦਰ 50-60,000 ਭਰ ਕੇ ਲੋਨ ਹੋ ਜਾਏਗਾ ਕੋਈ ਕੰਮ ਖਰਚਾ ਕਾਰ ਤੇ ਨਹੀਂ ਕੋਈ ਖਰਚਾ ਨਹੀਂ ਸਿਸਟਮ ਬਿਲਕੁਲ ਮੇਨਟੇਨ ਕਾਰ ਫੁੱਲ ਗਾਰੰਟੀ ਕਾਰ ਫੁੱਲ ਮੇਨਟੇਨ ਕਾਰ ਠੀਕ ਹੈ ਜੀ ਲੋ ਜੀ ਦੋਸਤੋ 1,90,000 ਰੁਪਏ ਦੇ ਵਿੱਚ 2010 ਮਾਡਲ ਲੋਨ ਇੱਥੇ ਵੀ ਹੋ ਜਾਊਗਾ ਕੰਡੀਸ਼ਨ ਪੂਰੀ ਵਧੀਆ ਉਸ ਤੋਂ ਬਾਅਦ ਆ ਗਈ ਇਨੋਵਾ ਇਨੋਵਾ ਦੀ ਬਹੁਤ ਡਿਮਾਂਡ ਆ ਦੇ ਮਿੱਤਰ ਮੰਨਦੇ ਨੇ ਇਨੋਵਾ ਜਾਂਦੀ ਹੈ ਕੀ ਰਿਟੇਲ ਹੈ ਵੀਰੇ ਇਹ 2013 ਮਾਡਲ ਹੈ ਠੀਕ ਹੈ ਵੀਰੇ ਜੀ 4 ਮਾਡਲ ਹੈ 20 ਚ ਕਨਵਰਟ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਤਕਰੀਬਨ 5,70,000 ਦੀ ਕਾਰ ਹੈ ਜੀ 5,70,000 ਬਾਕੀ ਮੌਕੇ ਥੋੜਾ ਬਹੁਤਾ ਮਾਨ ਤਨ ਹੋਰ ਵੀ ਕਰ ਦੇਵਾਂਗੇ ਓਕੇ ਠੀਕ ਹੈ ਜੀ ਟਾਇਰ ਨਵੇਂ ਨੇ ਅਲਾਏ ਨਵੇਂ ਨੇ ਕੰਡੀਸ਼ਨ ਬਿਲਕੁਲ ਬ੍ਰਾਂਡ ਨਿਊ ਠੀਕ ਹੈ ਜੀ ਸੀਟ ਕਵਰ ਲੈਦਰ ਸੀਟ ਕਵਰ ਨੇ ਜੀ ਠੀਕ ਹੈ ਵੀਰੇ ਹਾਂਜੀ ਲੋ ਜੀ ਸੀਟ ਕਵਰ ਵਗੈਰਾ ਤੁਹਾਨੂੰ ਦਿਖਾ ਦਿੰਦੇ ਆ ਅੰਦਰੋਂ ਇਹ ਟੌਪ ਵਾਲਾ ਮਾਡਲ ਹੈ ਵੀ ਟੌਪ ਮਾਡਲ ਹੈ ਜੀ ਲੋ ਜੀ ਦੇਖ ਰਹੇ ਕੰਡੀਸ਼ਨ ਅੰਦਰੋਂ ਡੀਜ਼ਲ ਵੇਰੀਐਂਟ ਦੀ ਕਾਰ ਹੈ ਜੀ ਤੇ ਬਾਕੀ ਓਨਰ ਕਿਹਨੇ ਮੈਂ ਵੀਰੇ ਇਹ ਸੈਕਿੰਡ ਓਨਰ ਹੈ ਸੈਕਿੰਡ ਓਨਰ ਹੈ ਪੇਂਟ ਸ਼ੇਡ ਕਿੰਨਾ ਕੋ ਬੰਪਰ ਉਪਰ ਹੈਗੇ ਨੇ ਉਹ ਬੱਕੇ ਸਾਰੀ ਕਾਰ ਜਨੂਨ ਹੈ ਜੀ ਠੀਕ ਹੈ ਵੀਰੇ ਲੋ ਜੀ ਦੋਸਤੋ ਪਾਇਲਟ ਸੀਟ ਵਾਲੀ ਕਾਰ ਆ ਠੀਕ ਹੈ ਜੀ ਕੈਪਟਨ ਸੀਟ ਆਪਾਂ ਕਹਿ ਦਿੰਦੇ ਆ ਕੈਪਟਨ ਸੀਟ ਹੈ ਜੀ ਬਹੁਤ ਘੈਂਟ ਕਾਰ ਹੈਗੀ ਤੁਹਾਡੇ ਸਾਹਮਣੇ ਕਿ ਸਾਫ ਸੁਥਰੀ ਕਾਰ ਆ ਸੀਟ ਕਵਰ ਵਗੈਰਾ ਕੋਈ ਫਟਾ ਨਹੀਂ ਹੈ A to Z ਪੂਰੀ ਵਧੀਆ ਕੰਮ ਖਰਚਾ ਤਾਂ ਨਹੀਂ ਕੋਈ ਵੀ ਖਰਚਾ ਕੋਈ ਨਹੀਂ 70-80,000 ਭਰ ਕੇ ਇੱਥੇ ਵੀ ਲੋਨ ਹੋ ਜਾਏਗਾ ਜੀ 70-80,000 ਭਰ ਕੇ 70,000 ਭਰ ਕੇ 80,000 ਲੋ ਜੀ ਇਹ ਵੀ 50 ਨੰਬਰ ਕਾਰ ਹੈਗੀ ਠੀਕ ਹੈ ਜੀ ਤੁਸੀਂ ਇਹ ਲੈ ਸਕਦੇ ਹੋ ਓਨਰ ਕਿੰਨੇ ਓਨਰ ਸੀ ਸੈਕਿੰਡ ਓਨਰ ਹੈ ਤੇ ਅੱਗੇ ਇਸ ਤੋਂ ਬਰੀਜ਼ਾ ਜੀ ਬਰੀਜ਼ਾ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆ ਮਾਰਕੀਟ 'ਚ ਕੀ ਰੇਟ ਹੈ ਬਰੀਜ਼ਾ ਜੀ HR 29 ਨੰਬਰ ਦੀ ਫਸਟ ਓਨਰ ਦੀ ਕਾਰ ਹੈ ਠੀਕ ਹੈ ਵੀਰੇ ਇਹ ਤਕਰੀਬਨ 7 ਲੱਖ ਰੁਪਏ ਦੀ ਕਾਰ ਬਣੇਗੀ ਠੀਕ ਹੈ 7 ਲੱਖ ਸਾਰੀ ਕਾਰ ਮਾਡਲ ਦੀ ਹਾਂ 18
82,000 किलोमीटर ऑन रिकॉर्ड है। ये नंबर नाल मिलू या एनओसी नाल? ये एचआर नंबर नाल मिलेगी, जे नंबर उहदा खर्चा एक्स्ट्रा होगा। उहदा खर्चा एक्स्ट्रा? हाँ जी हाँ, 70,000 भर के लोन हो जाएगा इस कार। 70,000 च? हाँ जी लो जी दोस्तों, 70,000 भर के कार से लोन हो जाऊ, 7 लाख की कार हैगी। बाकी ऑन टेबल नैगोशिएशन हो जूगा। नैगोशिएशन की आप गलबात करिए भी, ठीक है जी। जिम्मे कई बार मित्र आता ना, कोई भी माइंड से सोच के आता भाई जी आप जाके 40,000 50,000 लख घटा लेंगे, किन्नी की नैगोशिएशन हो जाती है? भाजी इस तरह देखो, डिमांड तो 8,90,000 की है ना, डिमांड तो नहीं आप चल रहे, ठीक है जी। ठीक है जी, आप मतलब जो देने वाला रोड निचोड़ कटता जी, ठीक है, 7 लाख रुपए की कार दे देंगे जी। ठीक है बिल्कुल, लो जी 7 लाख डिमांड है। बाकी मान तान कहते हैं, ठीक है जी, 8,90,000 डिमांड जी, उसे 7 लाख रुपये कार मिल जाएगी जी। ठीक है जी, मतलब भी ये नहीं गा भी वध मंग लिया, ठीक है जी, बिल्कुल जो मार्केट है उस तो अपना जायज ही रेट मंगया, मार्केट तो घट रेट मंगया। ठीक है जी, लो जी 18 मॉडल कार है, ठीक है जी, बहुत वधिया। लो जी आ गई इस तो फोर्ड फिगो कार, इहदी की डिटेल है वीरे? ये भी फर्स्ट ओनर की कार है, ठीक है वीरे, पंजाब नंबर रजिस्टर्ड है जी। ठीक है वीरे, ये 2 लाख रुपए की कार बन जाएगी, पेट्रोल वर्जन है, पेट्रोल वर्जन है, टॉप वाला मॉडल है ZXi। ठीक है जी, कंडीशन बिल्कुल ब्रांड न्यू है, लाइटा नवी ने, टायर नवे ने जी। ठीक है वीरे, लो जी फर्स्ट ओनर कार है भाई, कहता ठीक है, पेट्रोल दी नाले पेट्रोल दी कार है, पेट्रोल दी हूं भी डिमांड बहुत है कार दी, पेट्रोल दी डिमांड बहुत ज्यादा जी। ठीक है लो जी, बहुत बढ़िया कार है, रेट 2 लाख रुपए, 2 लाख रुपया 60-70,000 भर के लोन हो जाएगा, प्राइवेट भी हो जाएगा, बैंक का भी हो जाएगा, बैंक का भी दोनों लोन है। लो जी पर बैंक का भी लोन हो जाऊ, प्राइवेट जी, प्राइवेट लोन भी हो जाऊ, 60-70,000 भर के लोन हो जाएगा। बाकी ਤੁਸੀਂ ਕਿਸ ਤਰ੍ਹਾਂ ਕੰਡੀਸ਼ਨ ਦੋ ਤੁਸੀਂ, ਕੰਡੀਸ਼ਨ 'ਚ ਫਰਕ ਨਹੀਂ ਹੈਗਾ ਵੀ ਕੋਈ ਆ ਗਿਆ ਕਿਸੇ ਦਾ ਗੇੜਾ ਲੱਗ ਗਿਆ, ਠੀਕ ਹੈ ਜੀ, ਕਿਹਾ ਕੁਛ ਮੌਕੇ ਤੇ ਨਿਕਲਿਆ ਕੁਛ, ਇਸ ਤਰ੍ਹਾਂ ਨਹੀਂ ਹੋਏਗਾ। ਠੀਕ ਹੈ ਜੀ, ਜੋ ਕੰਡੀਸ਼ਨ ਆਪਾਂ ਦੱਸੀ ਹੈ ਉਹੀ ਮੌਕੇ ਤੇ ਨਿਕਲੇਗੀ। ਠੀਕ ਹੈ ਜੀ, ਜੇ ਕੋਈ ਕੰਡੀਸ਼ਨ 'ਚ ਫਰਕ ਨਿਕਲਦਾ ਜੋ ਆਪਾਂ ਦੱਸੀ ਹੈ ਤਾਂ ਆਪਾਂ ਆਣ ਜਾਣ ਦਾ ਖਰਚਾ ਦੇ ਦਾਂਗੇ ਕਾਰ ਦਾ। ਠੀਕ ਹੈ ਜੀ, ਠੀਕ ਹੈ ਜੀ। ਲੋ ਜੀ ਇੱਕ ਗੱਲ ਹੋਰ ਵੀ ਆਪਾਂ ਗੱਲ ਕਰ ਦਿੰਦੇ ਆ ਬਾਈ ਹੋਰਾਂ ਨੂੰ ਵੀ ਜਦੋਂ ਵੀ ਤੁਸੀਂ ਆਓ ਨਾਲ ਮਕੈਨਿਕ ਜ਼ਰੂਰ ਲੈ ਕੇ ਆਓ, ਬਿਲਕੁਲ ਮਕੈਨਿਕ ਲਿਆਓ, ਚੈੱਕ ਕਰਾਓ, ਉੱਥੇ ਕਰਾਣਾ ਤਾਂ ਇੱਥੇ ਵੀ ਮਕੈਨਿਕ ਅਵੇਲੇਬਲ ਕਰਾ ਦੇਵਾਂਗੇ, ਏਜੰਸੀਆਂ ਕੋਲ ਨੇ ਜਿੱਥੇ ਚੈੱਕ ਕਰਾਣਾ ਆਪਾਂ ਕਰਾ ਸਕਦੇ ਹਾਂ। ਉਹਦੇ ਨਾਲ ਆਇਆ ਹੁੰਦਾ ਵੀ ਨਾਲ ਤਾਂ ਤੁਹਾਡੀ ਸਿਰਦਰਦੀ ਘਟ ਗਈ, ਨਾਲ ਅਗਲੀ ਘਟ ਗਈ, ਕੋਈ ਦਿੱਕਤ ਨਹੀਂ ਹੈਗਾ ਵੀ ਆ ਕੇ ਕਲੀਅਰ ਹੋ ਜਾਊਗਾ, ਕਲੀਅਰ ਹੋ ਜਾਏਗਾ ਬਿਲਕੁਲ ਬਿਲਕੁਲ। ਤਾਂ ਅਗਲੀ ਕਾਰ ਆ ਗਈ ਅਲਟੋ, ਇਹਦੀ ਕੀ ਡਿਟੇਲ ਹੈ ਵੀਰੇ? ਇਹ 2017 ਮਾਡਲ ਹੈ ਜੀ, VXi ਟੌਪ ਮਾਡਲ ਹੈ, ਠੀਕ ਹੈ ਜੀ, ਪੰਜਾਬ ਨੰਬਰ ਰਜਿਸਟਰਡ ਹੈ ਜੀ। ਇਹ ਕਾਰ ਬਣੇਗੀ ਜੀ ਆਪਾਂ ਨੂੰ 3,20,000 ਰੁਪਏ ਦੀ, 3,20,000 ਚ ਨਵੇਂ ਟਾਇਰ ਨਵੇਂ ਲਾਏ ਨੇ ਜੀ, ਲੋਅ ਪ੍ਰੋਫਾਈਲ ਟਾਇਰ ਲੱਗੇ ਹੋਏ ਨੇ, ਠੀਕ ਹੈ ਜੀ, VXi ਮਾਡਲ ਹੈ, ਕੰਡੀਸ਼ਨ ਤੁਹਾਡੇ ਸਾਹਮਣੇ ਬਿਲਕੁਲ ਬ੍ਰਾਂਡ ਨਿਊ ਹੈ, ਠੀਕ ਹੈ ਜੀ, 70,000 ਕਿਲੋਮੀਟਰ ਚੱਲੀ ਹੋਈ ਹੈ ਕਾਰ। ਲੋ ਜੀ ਦੇਖ ਰਹੇ ਫਸਟ ਓਨਰ ਦੀ ਕਾਰ ਹੈ, ਫਸਟ ਓਨਰ ਦੀ, ਫਸਟ ਓਨਰ ਪੰਜਾਬ ਨੰਬਰ ਹੀ ਪੰਜਾਬ। ਲੋ ਜੀ ਦੇਖ ਰਹੇ ਫਸਟ ਓਨਰ ਕਾਰ ਹੈ, 17 ਮਾਡਲ ਹੈ, 3,20,000 ਡਿਮਾਂਡ ਹੈ, ਤੇ ਔਨ ਟੇਬਲ ਜਿਹੜਾ ਨੈਗੋਸ਼ੀਏਸ਼ਨ ਹੋ ਜੂ, ਤੇ ਲੋਨ ਦੀ ਗੱਲ ਕਰੀਏ ਕਿ ਇੱਥੇ 50,000 ਭਰ ਕੇ ਲੋਨ, 50,000 ਭਰ, 40 ਭਰ ਕੇ ਵੀ ਹੋ ਜਾਏਗਾ। ਲੋ ਜੀ 40,000 ਭਰ ਕੇ ਵੀ ਇਹਦੇ ਤੇ ਲੋਨ ਹੋ ਜਾਏਗਾ, ਉੱਚਾ ਮਾਡਲ ਹੈ ਲੋਨ ਜ਼ਿਆਦਾ ਹੋ ਜਾਏਗਾ, ਠੀਕ ਹੈ ਜੀ। ਲੋ ਜੀ ਆ ਗਈ ਉਸ ਤੋਂ ਬਾਅਦ ਸਵਿਫਟ ਡਿਜ਼ਾਇਰ ਹੈ ਜੀ, ਡਿਜ਼ਾਇਰ ਹੈ ਜੀ, ਇਹਦੀ ਕੀ ਡਿਟੇਲ ਹੈ? ਇਹ 2012 ਮਾਡਲ ਪੈਟਰੋਲ ਵਰਜ਼ਨ ਹੈ ਜੀ, ਹਾਂਜੀ, ਪੰਜਾਬ ਨੰਬਰ ਦੀ ਹੈ, ਟਾਇਰ ਨਵੇਂ ਹੈ, ਕੰਡੀਸ਼ਨ ਬਿਲਕੁਲ ਬ੍ਰਾਂਡ ਨਿਊ ਹੈ ਕਾਰ ਦੀ, ਠੀਕ ਹੈ ਵੀਰੇ, 90,000-95,000 ਕਾਰ ਚੱਲੀ ਹੋਈ ਹੈ, ਠੀਕ ਹੈ ਜੀ, ਬਚਲਾਵਾ ਬੈਟਰੀ ਇੰਜਨ ਗੇਅਰ ਬਿਲਕੁਲ ਨਵੇਂ ਨੇ ਜੀ, ਠੀਕ ਹੈ ਵੀਰੇ, ਹਾਂਜੀ ਹਾਂ, ਜੋ ਵੀ ਕੋਈ ਆਏਗਾ ਕਾਰ 'ਚ ਕੋਈ ਮਤਲਬ ਕਿਸੇ ਤਰ੍ਹਾਂ ਦੀ ਕਿੰਤੂ ਬੰਤਰ ਨਹੀਂ ਹੋਏਗਾ ਜੀ। ਠੀਕ, ਬਾਕੀ ਪੈਟਰੋਲ ਦੀ ਆਪਾਂ ਗੱਲ ਕਰੀਏ, ਪੈਟਰੋਲ 'ਚ ਤਾਂ ਉਹ ਵੀ ਨੁਕਸ ਬਹੁਤ ਘੱਟ ਪੈਂਦੇ ਆ, ਪੈਟਰੋਲ 'ਚ ਜੀ ਸਵਿਫਟ ਦਾ ਇਹ ਮਾਡਲ ਤੁਸੀਂ ਕਹਿੰਦਾ ਕਦੀ ਪ੍ਰੋਬਲਮ ਆਈ ਹੈ ਨਹੀਂ, ਹਾਂਜੀ, ਇਹੀ ਮਾਡਲ ਵਿਕਦਾ, ਸਵਿਫਟ ਹੀ ਵਿਕਦੀ ਹੈ, ਠੀਕ ਹੈ ਜੀ, ਕੋਈ ਪ੍ਰੋਬਲਮ ਅੱਜ ਤੱਕ ਨਹੀਂ ਆਈ ਕਾਰ ਦੇ, ਬਾਕੀ ਰਿਲਾਇਬਲ ਕਾਰਾਂ ਨੇ, ਵਧੀਆ ਕਾਰਾਂ, ਵਧੀਆ ਕਾਰਾਂ। 3 ਲੱਖ ਰੇਟ ਕਿੰਨਾ ਸੀਗਾ? ਇਹ ਤਕਰੀਬਨ 3.25 ਲੱਖ ਰੁਪਏ ਦੀ ਕਾਰ, 3.25 ਲੱਖ, 3.25 ਲੱਖ ਦੀ ਕਾਰ, ਠੀਕ ਲੈ, 3.25 ਲੱਖ 'ਚ ਕਾਰ ਮਿਲ ਜਾਊਗੀ ਤੇ ਲੋਨ ਹੋ ਜਾਊਗਾ, ਲੋਨ ਹੋ ਜਾਊਗਾ, ਤੇ ਪੈਟਰੋਲ ਦੀ ਕਾਰ ਹੈ, ਪੈਟਰੋਲ ਵਰਜ਼ਨ ਹੈ, 4 ਸਾਲ ਵਾਸਤੇ ਲੋਨ ਵੀ ਹੋ ਜਾਏਗਾ ਜੀ। ਅੱਛਾ ਜੀ, 12 ਮਾਡਲ ਦੇ 4 ਸਾਲ ਵਾਸਤੇ ਪੈਟਰੋਲ ਤੇ ਲੋਨ ਹੋ ਜਾਏਗਾ। ਲੋ ਜੀ ਜਿਹੜੇ ਦੋਸਤ ਪੈਟਰੋਲ ਦੀਆਂ ਕਾਰਾਂ ਲੱਭ ਰਹੇ, ਠੀਕ ਹੈ ਜੀ, ਉਰੇ ਬਹੁਤ ਸਾਰੀਆਂ ਵੀਰੇ ਹੋਰਾਂ ਨੇ ਪੈਟਰੋਲ ਵਰਜ਼ਨ ਦੀ ਕਾਰਾਂ ਨੇ, ਕਿਉਂਕਿ ਪੈਟਰੋਲ ਦੀ ਕਾਰ ਬੰਦਾ ਕਿਉਂ ਲੈਂਦਾ? ਕਈ ਵਾਰ ਕੋਈ ਹੁੰਦਾ ਕਿਸੇ ਨੇ ਘੱਟ ਚਲਾਉਣੀ ਹੁੰਦੀ ਹੈ ਘਰੇ ਰੱਖਣ ਵਾਸਤੇ, ਸਾਡਾ ਜੀ 1,000 ਕਿਲੋਮੀਟਰ ਚੱਲਦੀ ਆ ਮਹੀਨੇ ਦੇ ਵਿੱਚ, 500 ਹੋਏ, ਠੀਕ ਹੈ ਜੀ, ਤੁਸੀਂ ਪੈਟਰੋਲ ਦੀ ਕਾਰ ਲੈ ਸਕਦੇ ਹੋ, ਪੈਟਰੋਲ ਦੀ ਇਹ ਬੈਸਟ ਆਪਸ਼ਨ ਹੈਗਾ। ਉਸ ਤੋਂ ਬਾਅਦ ਅਗਲੀ ਕਾਰ ਆ ਗਈ ਸਵਿਫਟ ਡਿਜ਼ਾਇਰ ਹੈ ਜੀ, ਵੀ ਇਹ 2013 ਮਾਡਲ ਹੈ, ਠੀਕ ਹੈ ਜੀ, ਇਹ ਵੀ ਪੈਟਰੋਲ ਵਰਜ਼ਨ ਹੈ, ਠੀਕ ਹੈ ਜੀ, 86,000 ਕਿਲੋਮੀਟਰ ਚੱਲੀ ਹੋਈ ਹੈ ਕਾਰ, ਓਕੇ, ਪੰਜਾਬ ਰਜਿਸਟਰਡ ਹੈ ਜੀ, ਟਾਇਰ ਨਵੇਂ ਹੈ, ਬੈਟਰੀ ਨਵੀਂ ਹੈ, ਕੰਡੀਸ਼ਨ ਬਿਲਕੁਲ ਬ੍ਰਾਂਡ ਨਿਊ ਹੈ, ਜੋ ਕੰਡੀਸ਼ਨ ਦੱਸਾਂਗੇ ਉਹੀ ਮੌਕੇ ਤੇ ਹੋਏਗੀ ਜੀ, ਠੀਕ ਹੈ ਵੀਰੇ, ਠੀਕ ਹੈ ਜੀ, ਇਹ ਕਾਰ ਬਣੇਗੀ ਤਕਰੀਬਨ 3.5 ਲੱਖ ਰੁਪਏ ਦੀ, 3.5 ਲੱਖ, ਇਹ ਪੈਟਰੋਲ ਦੀ, ਪੈਟਰੋਲ ਵਰਜ਼ਨ ਹੈ, 13 ਮਾਡਲ, ਠੀਕ ਹੈ ਜੀ, ਇੰਸ਼ੋਰੈਂਸ ਵਗੈਰਾ ਹੁੰਦਾ ਕਾਰਾਂ ਦਾ ਜੀ? ਹਾਂਜੀ ਹਾਂ, ਤਕਰੀਬਨ ਹੋਏਗਾ, ਠੀਕ ਹੈ, ਨਹੀਂ ਹੈ ਤਾਂ ਕਰਾ ਕੇ ਦੇ ਦਾਂਗੇ, ਓਕੇ, ਹਾਂਜੀ, ਲੋ ਜੀ ਪੰਜਾਬ ਨੰਬਰ ਹੈ, ਠੀਕ ਹੈ ਜੀ, ਵਧੀਆ ਕਾਰ ਹੈਗੀ, ਇਹ ਵੀ ਪੈਟਰੋਲ ਦੀ, ਉਸ ਤੋਂ ਬਾਅਦ ਅਗਲੀ ਆ ਗਈ ਡਿਜ਼ਾਇਰ ਹੈ ਜੀ, ਉਸ ਤੋਂ ਬਾਅਦ ਡਿਜ਼ਾਇਰ ਹੈ ਜੀ 2014 ਮਾਡਲ, ਠੀਕ ਹੈ ਵੀਰੇ, 10ਵੇਂ ਮਹੀਨੇ ਦੀ ਕਾਰ ਹੈ, ਠੀਕ ਹੈ, ਲੋਕਲ ਨੰਬਰ ਦੀ, ਟਾਇਰ ਨਵੇਂ, ਬੈਟਰੀ ਨਵੀਂ ਹੈ ਜੀ, ਕੰਡੀਸ਼ਨ ਬਿਲਕੁਲ ਬ੍ਰਾਂਡ ਨਿਊ ਹੈ, ਡੀਜ਼ਲ ਵਰਜ਼ਨ ਕਾਰ ਹੈ, ਠੀਕ ਹੈ, ਓਨਰ ਕਿਹਨੇ ਹੋਊਗੀ? ਇਹ ਸੈਕਿੰਡ ਓਨਰ ਹੈ ਜੀ, ਸੈਕਿੰਡ ਓਨਰ, ਸੈਕਿੰਡ ਓਨਰ, ਠੀਕ ਹੈ ਜੀ, ਲੋ ਜੀ ਸੈਕਿੰਡ ਓਨਰ ਕਾਰ ਹੈ, ਤੁਹਾਨੂੰ ਇੱਕ ਵਾਰ ਅੰਦਰੋਂ ਵੀ ਦਿਖਾ ਦਈਏ, ਕਿਉਂਕਿ ਥੋੜੀ ਖੁੱਲੀ ਕੰਡੀਸ਼ਨ ਹੈ, ਬ੍ਰਾਂਡ ਨਿਊ ਸੀਟ ਕਾਰ ਨਵੇਂ ਹੈ ਜੀ, ਚਲੋ ਪੂਰੇ ਕਾਰ ਲੋਕ, ਕੋਈ ਗੱਲ ਨਹੀਂ, ਚਲੋ ਲੋਕ ਸੀਗੀ, ਤੇ ਅਗਲੀ ਕਾਰ ਦੀ ਗੱਲਬਾਤ ਕਰੀਏ ਵੀਰੇ, ਇਹਦਾ ਮੁੱਲ ਕਿੰਨਾ ਦੱਸਿਆ ਸੀ ਆਪਾਂ? ਇਹ ਕਾਰ ਬਣੇਗੀ 3.25 ਲੱਖ ਦੀ, 3.25 ਲੱਖ ਰੁਪਏ ਚ, 14 ਮਾਡਲ ਹੈ, ਆ ਗਈ ਇਸ ਤੋਂ ਬਾਅਦ ਫਿਰ ਅਗੇਨ ਇੱਕ ਪੈਟਰੋਲ ਦੀ, ਪੈਟਰੋਲ ਡਿਜ਼ਾਇਰ ਹੈ 2017 ਮਾਡਲ, ਠੀਕ ਹੈ ਵੀਰੇ, ਇਹ VXi ਮਾਡਲ ਹੈ, ਫਸਟ ਓਨਰ ਦੀ ਕਾਰ, ਠੀਕ ਹੈ ਵੀਰੇ, ਤਕਰੀਬਨ
45 हज़ार किलोमीटर कार चली हुई है। ठीक है वीरे, ठीक है। VXI मॉडल है, ये बनेगी जी 6,20,000 रुपए की कार। 6,20,000 17 मॉडल पेट्रोल जी, पेट्रोल की कार। पेट्रोल जिहड़े भी मित्र पेट्रोल की लभ रहे ने भाई जी, छेदी फोन चक लो, क्योंकि कारा है थोड़ी कि पेट्रोल की कारा तो आप को बहुत खड़िया ने जी। पेट्रोल मेला ही है डिजायर तो सर। ठीक है, डिजायर कार मेला जी, वह भी पेट्रोल कारा का मेला, जो पेट्रोल की कारा लभ रहे थोड़ा पेट्रोल कारा की बहुत। इस तो अलावा होर भी बहुत कारा ने अपने पेट्रोल च, सारी कार जेनुइन है। VXI मॉडल है, 49,000 किलोमीटर जेनुइन रिकॉर्ड नाल चली हुई कार। ठीक है, दो चाबियां सर्विस बुक रिकॉर्ड नाल है सारा। ठीक है, ठीक है। ये कार बनेगी जी 6,30,000 रुपए की। 6,30,000 रुपए जी, 6,30,000 की कार है। 2018 मॉडल, 18 मॉडल, ये भी पेट्रोल दी है जी, न्यू शेप। ठीक है जी, पेट्रोल दी, पेट्रोल न्यू शेप। ठीक है वीरे, लो जी आ गई। इस तो बाद फिर एक स्विफ्ट, स्विफ्ट VXI 2014 मॉडल। ठीक है जी, ये भी फर्स्ट ओनर की कार है। ओके जी, कंडीशन ब्रांड न्यू है जी, फर्स्ट ओनर है, दो चाबियां ने, इंश्योरेंस पिया कार का। ठीक है वीरे, टायर नवे ने जी। ओके जी, ठीक है जी। ये कार बनेगी जी तकरीबन 4.25 लाख रुपए की। 4.25 लाख, 14 मॉडल जी, पंजाब नंबर लो जी, पंजाब नंबर पेट्रोल की कार है भी। 50 to 70,000 ते दे के किसी भी कार ते लोन हो जाएगा। ठीक है जी, हाँ जी। बाकी कोशिश करा करो वो ना भी अपने दोस्तों ने कहने भी वो तो वो हो जाए, क्योंकि बिल्कुल लोन का भार सिर तो लै जाएगा बिल्कुल बिल्कुल। देखो जिन्ना कोई वध देगा ना उन्ना ब्याज कट पेगा, 50 to 60,000 भर के लोन हो जाएगा। ठीक है लो जी, टायर की कंडीशन की गल करिए, टायर बिल्कुल नवे ने जी, हमने नवे पे टायर। ठीक है जी, आ गई। इस तो स्विफ्ट VDI जी 2000, ये भी 2014 मॉडल है जी। ठीक है, फर्स्ट ओनर की कार है, फुल बीमा है, दो चाबियां ने जी, सर्विस बुक रिकॉर्ड नाल है जी। ठीक है, ये भी कार 4.25 लाख रुपए की, 2014 मॉडल, 14 मॉडल, 4.25 लाख रुपए। लो जी कंडीशन देखना थोड़े सामने, कंडीशन ब्रांड न्यू, कंडीशन बहुत साफ सुथरी, सीट कवर नवे ने, टायर नवे ने जी। ठीक है जी, इंजन गेयर बैटरी बिल्कुल नवा जी। ओके, लो जी आ गई। इस तो बाद डिटेल च फर्क नहीं होगा, जो डिटेल आप देते फर्क नहीं होगा जी। ओके, ओनर किनवे सी, फर्स्ट है जी, फर्स्ट ओनर, ये भी फर्स्ट है जी, वो भी फर्स्ट ओनर है। साफ सुथरी कार है, देखो लो जी पूरी वधिया कंपनी, सारा कुछ कंपनी का, जिवें इंटीरियर वगैरह A to Z पूरी वधिया गी, सीटा वगैरह पूरी A to Z पूरी साफ ने। आ जाने उस तो बाद अगली कार, अगेन I20 पेट्रोल है जी, पेट्रोल है जी, ये भी फर्स्ट ओनर की कार है, 2009 मॉडल। ओके जी, टॉप वाला मॉडल है, ये कार बनेगी जी 2.5 लाख रुपए की। 2.5 लाख रुपए, 2.5 लाख रुपए लो जी पेट्रोल की कार। ठीक है जी, फर्स्ट 9 मॉडल है, 2.5 लाख रुपए च भी पेट्रोल, पेट्रोल मिला जी, सारा कुछ पेट्रोल मिला तो है ही है। I20 सारी पेट्रोल दी अवेलेबल है, क्योंकि पेट्रोल दा थोड़ा टाइम ज्यादा है अजकल। सही गल है, पेट्रोल हरेक मंगदा, कसम मंग रही पेट्रोल चाहिए, पेट्रोल कारा बहुत ने। इस तो अलावा भी बहुत स्टॉक है अपने को पेट्रोल दा, बहुत लो जी देखो। ठीक है, नाल दा वैलिडेशन ज्यादा होंदी है कार दी, बाकी थोड़े लवे चॉइस भी बहुत है। ठीक है, पेट्रोल दे विच केड़ी भी कार तुसी लै, पेट्रोल च भी इंजन गियर च जल्दी दी प्रॉब्लम नहीं आंदी है। सही गल है, किसी भी कार दी जिम्मेवारी आपां लिख के भी दे सकदे हां, एक्सीडेंटल दी इंजन गियर दी फुल जिम्मेवारी लिख के दे दांगे। ठीक है, किसी भी कार दी। ओके जी, लो जी ये चीज ठीक है जी, बहुत वधिया, लिख के गारंटी देने नूं तैयार ने, फुल जिम्मेवारी जी लिख के दे, फुल जिम्मेवारी। अगली आ गई कार, ये भी 2009 मॉडल I20। ठीक है जी, हां जी, ये भी फर्स्ट ओनर दी कार है, पक्के नंबर दी कार है। ओके, टायर नवे ने, कंडीशन नवी है, बीमा पे कार, दो चाबियां ने जी। ठीक है जी, ये भी 2.5 लाख रुपए की कार है, 2.5 लाख रुपए हाँ जी, 2.5 लाख रुपए। लो जी 2.5 लाख रुपए च पेट्रोल की कार है, भी बहुत वधिया लग्जरी कारा ने। ठीक है जी, वधिया कारा ने, सॉलिड कारा ने, कंडीशन वधिया जी, चलियां घट ने, 60-65 ठीक है जी, ओन रिकॉर्ड ने कारा,
ਹੈ ਪੱਕੇ ਨੰਬਰ ਦੀ ਫਸਟ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਤੁਸੀਂ ਲੋਨ ਕਰਾਉਣਾ ਲੋਨ ਕਰਾ ਲਿਓ 60-70 ਹਜ਼ਾਰ ਭਰਕੇ ਲੋਨ ਜੇ ਮਿੱਤਰਾਂ ਦੀ ਬਹੁਤ ਸਾਨੂੰ ਜ਼ਿਆਦਾ ਡਿਮਾਂਡ ਰਹਿੰਦੀ ਬਾਈ ਜੀ ਲੋਨ 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 ਤਾਂ ਹੋ ਜਾਏਗਾ ਲੋਨ ਕਿਸੇ ਵੀ ਕਾਰ ਤੇ ਥੋੜੀ ਜ਼ਿਆਦਾ ਗੱਲ ਕਰ ਰਹੇ ਹਾਂ ਕਿ ਲੋਨ ਤੁਸੀਂ ਕਿਸੇ ਵੀ ਕਾਰ ਤੇ ਕਰਵਾ ਸਕਦੇ ਹੋ ਵੀ ਕੋਸ਼ਿਸ਼ ਕਰੋ 8 ਮਾਡਲ ਤੋਂ ਵੱਧ ਦੀ ਕਿਸੇ ਵੀ ਸਟੇਟ ਦਾ ਬੰਦਾ ਕਿਸੇ ਵੀ ਸਟੇਟ ਦਾ ਹਰ ਤੇ ਲੋਨ ਹੋ ਜਾਏਗਾ ਹਰ ਇੱਕ ਸਟੇਟ ਦਾ ਕਿਸੇ ਵੀ ਸਟੇਟ ਦਾ ਲੋਨ ਹੋ ਜਾਏਗਾ ਠੀਕ ਹੈ ਆਲ ਓਵਰ ਇੰਡੀਆ ਕਹਿੰਦੇ ਆਲ ਓਵਰ 9 ਮਾਡਲ ਤੋਂ ਉੱਪਰ ਸਾਰਿਆਂ ਤੇ ਲੋਨ ਹੋ ਜਾਏਗਾ ਜੀ ਠੀਕ ਹੈ 9 ਮਾਡਲ ਤੇ ਵੀ ਹੋ ਜਾਏਗਾ ਬੈਂਕ ਦਾ ਵੀ ਹੋ ਜਾਏਗਾ ਪ੍ਰਾਈਵੇਟ ਵੀ ਹੋ ਜਾਏਗਾ ਠੀਕ ਹੈ ਜੀ ਲੋ ਜੀ ਆਲ ਓਵਰ ਇੰਡੀਆ 'ਚ ਕਿਤੇ ਵੀ ਤੁਸੀਂ ਲੋਨ ਕਰਵਾ ਸਕਦੇ ਹੋ ਬਾਕੀ ਬਹੁਤ ਵਧੀਆ ਕਾਰਾਂ ਨੇ ਵੀਰੇ ਹੋਰਾਂ ਲਈ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇਹ ਲਾਸਟ ਕਾਰ ਸੀ ਹਾਂ ਜੀ ਲਾਸਟ ਵੀਰੇ ਹੋਰਾਂ ਲਈ ਤੁਸੀਂ ਵਿਜ਼ਿਟ ਕਰੋ ਕਾਰਾਂ ਬਹੁਤ ਘੈਂਟ ਨੇ ਬਾਕੀ ਗੁਰਪ੍ਰੀਤ ਸਾਰੇ ਝਾਤੀ ਮਰਵਾ ਰਿਹਾ ਹੋਊਗਾ ਬਹੁਤ ਘੈਂਟ ਕਾਰਾਂ ਨੇ ਇਸ ਤੋਂ ਇਲਾਵਾ ਵੀ ਹੋਰ ਸਟਾਕ ਬਹੁਤ ਹੈ ਆਪਣੇ ਕੋਲ ਠੀਕ ਹੈ ਜੀ ਮਤਲਬ ਸਟਾਕ ਆ ਰਿਹਾ ਹੈ ਆਈ ਜਾਂਦਾ ਕੋਈ ਵੀ ਕਾਰ ਚਾਹੀਦੀ ਆਪਾਂ ਅਵੇਲੇਬਲ ਕਰਾ ਦੇਵਾਂਗੇ ਜੀ ਠੀਕ ਹੈ ਜੀ ਸਾਰੀਆਂ ਕਾਰਾਂ ਆਪਣੇ ਕੋਲ ਹੈਗੀਆਂ ਜੀ ਲਓ ਜੀ ਠੀਕ ਹੈ ਹਰ ਇੱਕ ਤਰ੍ਹਾਂ ਦੀ ਕਾਰ ਹੈਗੀ ਹੈਗੀ ਬਾਕੀ ਤੁਸੀਂ ਫੋਨ ਕਰ ਲਓ ਕਈ ਵਾਰ ਉਰੇ ਤੁਸੀਂ ਵੀਡੀਓ 'ਚ ਨਹੀਂ ਦੇਖੀ ਤੁਸੀਂ ਫੋਨ ਕਰ ਲਓ ਹੋ ਸਕਦਾ ਤੁਹਾਡੇ ਲਈ ਉਹ ਕਾਰ ਹੋਵੇ ਬਾਕੀ ਡਿਜ਼ਾਇਰ ਸਵਿਫਟ ਪੈਟਰੋਲ ਡੀਜ਼ਲ ਮਿਲ ਰਿਹਾ ਹੈ ਆਪਣੇ ਕੋਲ ਹੋਰ ਵੀ ਬਹੁਤ ਕਾਰਾਂ ਨੇ ਇਸ ਤੋਂ ਇਲਾਵਾ ਹਾਂਜੀ ਹਾਂ ਬਹੁਤ ਕਾਰਾਂ ਨੇ ਲਓ ਜੀ ਮਿਲਾਂਗੇ ਅਗਲੀ ਵੀਡੀਓ 'ਚ ਕਿਸੇ ਨਵੀਂ ਕਾਰਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਠੀਕ ਹੈ ਬ੍ਰਦਰ ਠੀਕ ਹੈ